ਡਾਕਟਰ ਦਲੀਪ ਕੌਰ Tiwari ਨਾਵਲ ਲੰਮੀ ਉਡਾਰੀ ਦਾ ਨਵਾਂ ਅੰਗ ਸ਼ੀਲਾ ਮੈਨੂੰ ਹਸਪਤਾਲ ਦੇ ਗੇਟ ਤੇ ਛੱਡ ਕੇ ਮੁੜ ਗਈ ਗੇਟਕੀਪਰ ਨੇ ਮੈਨੂੰ ਕੁਝ ਨਹੀਂ ਆਖਿਆ ਸ਼ਾਇਦ ਡਾਕਟਰ ਨੇ ਉਹਨੂੰ ਪਹਿਲਾਂ ਹੀ ਮੇਰੇ ਆਉਣ ਬਾਰੇ ਦੱਸਿਆ ਹੋਇਆ ਸੀ ਉਹ ਸਿਰਫ ਮੇਰੀ ਵੱਲ ਵੇਖ ਕੇ ਮੁਸਕਰਾਇਆ ਤੇ ਹੈਲੋ ਆਖੀ ਇਹ ਕੋਈ ਹਸਪਤਾਲ ਨਹੀਂ ਸੀ ਲੱਗਦਾ ਕਈ ਮੀਲਾਂ ਦੀ ਬਲਗਨ ਚ ਫੁੱਲ ਬੂਟੇ ਕਿਆਰੀਆਂ ਘਾਹ ਦਰਖਤ ਕਮਰੇ ਖੇਡਾਂ ਦੇ ਮੈਦਾਨ ਕਲੱਬ ਕੈਂਟੀਨ ਤੇ ਤਰ੍ਹਾਂ ਤਰ੍ਹਾਂ ਦੇ ਹੋਰੇ ਕੰਮ ਕੋਈ ਕੁਝ ਕਰ ਰਿਹਾ ਸੀ ਕੋਈ ਕੁਝ ਉਪਰੀ ਨਜ਼ਰੇ ਆਮ ਸਧਾਰਨ ਸੰਸਾਰ ਲੱਗਦਾ ਸੀ ਪਰ ਧਿਆਨ ਨਾਲ ਦੇਖਿਆ ਇੱਕ ਅਜੀਬ ਢਿੱਲੇ ਜੋੜ ਵਾਲੀ ਦੁਨੀਆ ਦਿਸਦੀ ਸੀ ਜਿੱਥੇ ਕਿਸੇ ਦਾ ਹੱਥ ਜਾਂ ਤਾਂ ਉੱਠਦਾ ਹੀ ਨਹੀਂ ਸੀ ਜੇ ਉੱਠਦਾ ਸੀ ਤਾਂ ਹਰ ਹੋਰ ਪਾਸੇ ਨੂੰ ਲਮਕ ਜਾਂਦਾ ਸੀ ਕਿਸੇ ਕਿਸੇ ਦੀ ਤਕਣੀ ਵਿੱਚ ਕੋਈ ਤਕਣੀ ਹੀ ਨਹੀਂ ਸੀ ਕੋਈ ਉਹ ਜੱਡਾਂ ਵਰਗੀ ਹਾਸੀ ਹੱਸ ਰਿਹਾ ਸੀ ਤੇ ਕਈ ਵਿੱਚੋਂ ਬੜੇ ਆਰਾਮ ਨਾਲ ਕੰਮ ਕਰ ਰਹੇ ਸਨ ਜਿਵੇਂ ਉਹਨਾਂ ਨੂੰ ਕੁਝ ਹੋਇਆ ਹੀ ਨਹੀਂ ਸੀ ਇਹ ਕੁੜੀ ਆਖਦੇ ਨੇ ਸਾਰਾ ਦਿਨ ਵਾਲ ਹੀ ਬਹੁੰਦੀ ਰਹਿੰਦੀ ਸੀ। ਇਹ ਇੱਕ ਵੱਖਰੀ ਦੁਨੀਆ ਸੀ। ਸਾਹਮਣੇ ਫੁੱਲਾਂ ਦੀ ਖਿਆਰੀ ਕੋਲ ਘਾਹ ਉੱਤੇ ਬੈਠੀ ਗੀਤਾ ਪਰਸ ਵਿੱਚੋਂ ਪਾਊਡਰ ਦੀ ਡੱਬੀ ਕੱਢ ਸ਼ੀਸ਼ੇ 'ਚ ਆਪਣਾ ਮੂੰਹ ਵੇਖ ਰਹੀ ਸੀ। ਹੈਲੋ ਗੀਤਾ ਮੈਂ ਕਿਹਾ। ਉਹ ਮੇਰੀ ਵੱਲ ਝਾਕੀ ਪਰ ਬੋਲੀ ਕੁਛ ਨਾ। ਸਾਹਮਣੇ ਉਹ ਡਾਕਟਰ ਆ ਗਿਆ ਸ਼ਾਇਦ ਮੈਨੂੰ ਦੇਖ ਕੇ ਮੁਸਕਰਾ ਕੇ ਹੱਥ ਅੱਗੇ ਕਰ ਦਿੱਤਾ। ਮੈਂ ਝਿਜਕਦੀ ਨੇ ਹੱਥ ਜੋੜ ਦਿੱਤੇ। ਉਹ ਆਖੋ ਨੇ ਵੀ ਜਵਾਬ 'ਚ ਹੱਥ ਜੋੜੇ। ਕੀ ਗੱਲ ਕੀ ਹਾਲ ਹੈ ਗੀਤਾ ਤੇਰਾ ਮੈਂ ਜਦੋਂ ਆਖਿਆ ਤਾਂ ਡਾਕਟਰ ਜਿਹੜਾ ਸ਼ਾਇਦ ਪੰਜਾਬੀ ਜਾਣਦਾ ਸੀ ਨੇ ਮੂੰਹ ਤੇ ਉਂਗਲ ਰੱਖ ਕੇ ਆਖ ਨੂੰ ਰੋਕਿਆ ਕਿਉਂਕਿ ਉੱਥੇ ਮਰੀਜ਼ਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਉਹ ਬਿਮਾਰ ਹਨ ਗੀਤਾ ਬੜੀ ਸੋਹਣੀ ਲੱਗ ਰਹੀ ਹੈ ਮੈਂ ਗੱਲ ਬਦਲ ਕੇ ਕਿਹਾ ਤੈਨੂੰ ਪਤਾ ਹੈ ਮਿਸ ਰੋਜੀ ਦਾ ਉਹਨੇ ਮੇਰੀ ਕਿਸੇ ਵੀ ਗੱਲ ਵੱਲ ਧਿਆਨ ਨਾ ਦੇ ਕੇ ਪੁੱਛਿਆ ਰੋਜੀ ਕੌਣ ਮੈਂ ਪੁੱਛਿਆ ਤੂੰ ਰੋਜੀ ਨੂੰ ਨਹੀਂ ਜਾਣਦੀ ਮਿਸ ਬ੍ਰਿਟੇਨ ਪਤਾ ਨਹੀਂ ਉਹ ਐਡੀ ਸੋਹਣੀ ਕਿਵੇਂ ਹੈ गीता ਨੇ ਪਰੇਸ਼ਾਨ ਜੀ ਹੋ ਕੇ ਕਿਹਾ ਤੁਸੀਂ ਗੱਲਾਂ ਕਰੋ ਮੈਂ ਜ਼ਰਾ ਆਫਿਸ 'ਚ ਬੈਠਦਾ ਆਂ ਆਖ ਡਾਕਟਰ ਗੀਤਾ ਨੂੰ ਇੱਕ ਗੋਲੀ ਖਵਾ ਕੇ ਚਲਾ ਗਿਆ ਤੈਨੂੰ ਪਤਾ ਹੈ ਡਾਕਟਰ ਮੈਨੂੰ ਪਿਆਰ ਕਰਦਾ ਹੈ ਗੀਤਾ ਨੇ ਮੇਰੇ ਕੋਲ ਹੁੰਦੀ ਨਹੀਂ ਹੌਲੀ ਦੇ ਕੇ ਕਿਹਾ ਮੈਂ ਜ਼ਰਾ ਕੋ ਹੱਸ ਪਈ ਮੈਂ ਸੱਚ ਆਖਦੀ ਆਂ ਆਖਦਾ ਸੀ ਤੂੰ ਬਹੁਤ ਬਿਊਟੀਫੁਲ ਐਂ ਬੇਬੀ ਤੈਨੂੰ ਪਤਾ ਹੈ ਮਰੀਜ਼ਾਂ ਦਾ ਤਾਂ ਬਹਾਨਾ ਹੈ ਅਸਲ 'ਚ ਇੱਥੇ ਮੈਨੂੰ ਮਿਲਣਾ ਆਉਂਦਾ ਬੜੇ ਰਾਜਦਾਨ ਤਰੀਕੇ ਨਾਲ ਗੀਤਾ ਨੇ ਮੈਨੂੰ ਦੱਸਿਆ ਉਹਦੀਆਂ ਅੱਖਾਂ 'ਚ ਇੱਕ ਨਸ਼ਾ ਜਿਹਾ ਸੀ ਸ਼ਾਇਦ ਹੁਣੇ ਦਿੱਤੀ ਗੋਲੀ ਨਾਲ ਪਹਿਲੀ ਵਾਰੀ ਮੈਨੂੰ ਲੱਗਿਆ ਗੀਤਾ ਦੇ ਦਿਮਾਗ ਨੂੰ ਸੱਚੀ ਕੁਝ ਹੋ ਗਿਆ ਵਿਮਲ ਦਾ ਖਾਤਾ ਐ ਕੋਈ ਮੈਂ ਕੁਝ ਯਾਦ ਕਰਵਾਉਣ ਵਾਂਗ ਪੁੱਛਿਆ ਵਿਮਲ ਆਖਦਾ ਹੁੰਦਾ ਸੀ ਸਾਰਾ ਦਿਨ ਹੱਸਦੀ ਪਾਗਲ ਲੱਗਦੀ ਐ ਮੈਂ ਸੱਚੀ ਹੱਸਦੀ ਪਾਗਲ ਲੱਗਦੀ ਐ ਉਹਨੇ ਰੋਣ ਹਾਕੀ ਆਵਾਜ਼ 'ਚ ਪੁੱਛਿਆ ਨਹੀਂ ਹੱਸਦੀ ਤੂੰ ਬਹੁਤ ਸੋਹਣੀ ਲੱਗਦੀ ਐ ਡਾਕਟਰ ਵੀ ਆਖਦਾ ਸੀ ਪਰ ਨਹੀਂ ਸ਼ਾਇਦ ਉਹ ਝੂਠ ਬੋਲਦਾ ਸੀ ਇਹ ਸਾਰੇ ਆਦਮੀ ਝੂਠੇ ਕਿਉਂ ਹੁੰਦੇ ਨੇ ਆਖਦੀ ਗੀਤਾ ਉਦਾਸ ਠੀ ਹੋ ਗਈ। ਵਿਮਲ ਦਾ ਖਾਤਾ ਆਇਆ ਸੀ ਮੈਂ ਫੇਰ ਪੁੱਛਿਆ। ਕਈ ਵਾਰੀ ਰਾਤ ਨੂੰ ਉਹ ਘਰ ਹੀ ਨਹੀਂ ਆਉਂਦਾ। ਆਖਦਾ 호텔 'ਚ ਰਿਹਾ ਸੀ ਨਾਲ ਕੌਣ ਸੀ ਜਦੋਂ ਮੈਂ ਪੁੱਛਦੀ ਆਖਦਾ ਕੋਈ ਕੁੜੀ। ਉਹ ਦੱਸ ਰਹੀ ਸੀ। ਮੈਂ ਵੇਖਿਆ ਪਰਾਂ ਬੂਟੇ ਦੇ ਉੱਲੇ ਟੇਪ ਰਿਕਾਰਡਰ ਚੱਲ ਰਿਹਾ ਸੀ। ਸ਼ਾਇਦ ਗੀਤਾ ਦੀਆਂ ਗੱਲਾਂ ਰਿਕਾਰਡ ਕਰਨ ਲਈ ਡਾਕਟਰ ਨੇ ਰਖਵਾਇਆ ਸੀ। ਇੱਕ ਦਿਨ ਤੋਂ ਕਿਸੇ ਨੂੰ ਘਰ ਲੈ ਆਇਆ। ਮੈਨੂੰ ਆਖਦਾ ਜਾ ਚਾਹ ਬਣਾ ਕੇ ਲਿਆ। ਤੇ ਚਾਪੀ ਕੇ ਉਸੇ ਨਾਲ ਬਾਹਰ ਨੂੰ ਚਲਾ ਗਿਆ। ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਉਹ ਤੋਂ ਅਗਲੀ ਰਾਤ ਵੀ ਨਹੀਂ ਤੇ ਉਹ ਤੋਂ ਅਗਲੀ ਰਾਤ ਵੀ ਨਹੀਂ। ਬਸ ਨੀਂਦ ਆਉਣੀ ਹਟ ਗਈ। ਇਹ ਗੱਲਾਂ ਮੈਂ ਡਾਕਟਰ ਨੂੰ ਨਹੀਂ ਦਸੀਆਂ। ਕਿਸੇ ਨੂੰ ਵੀ ਨਹੀਂ ਦਸੀਆਂ। ਜੀ ਕਰਦਾ ਕਿਸੇ ਤਰ੍ਹਾਂ ਨੀਂਦ ਆ ਜਾਏ। ਬਸ ਜਾਗਾਂ ਹੀ ਨਾ। ਡਾਕਟਰ ਦੇ ਕਮਰੇ 'ਚ ਚੱਲ ਕੇ ਕੁਝ ਪੀ ਗਏ। ਉਹਨੇ ਆਪਣੇ ਸੁੱਕੇ ਬੁੱਲਾਂ ਤੇ ਜੀਭ ਫੇਰਦੀ ਨਹੀਂ ਗਿਆ। ਤੈਨੂੰ ਪਤਾ ਹੈ ਐਲਜ਼ਾਬੈਥ ਟੇਲਰ ਜਿਹੜੀ ਇੱਕ ਫਿਲਮ 'ਚ ਕੰਮ ਕਰਨ ਦਾ 1 ਕਰੋੜ ਰੁਪਈਆ ਲੈਂਦੀ ਹੈ ਉਹਦੇ ਹਸਬੰਡ ਦਾ ਵੀ ਕਿਸੇ ਨਾਲ ਰੋਮਾਂਸ ਚੱਲ ਰਿਹਾ ਹੈ। ਕੁਝ ਪਲ ਚੁੱਪ ਰਹਿ ਕੇ ਉਹ ਫੇਰ ਬੋਲੀ। ਇਹ ਤਾਂ ਉਂਜੀ ਵਕਤੀ ਜੀਆਂ ਗੱਲਾਂ ਹੁੰਦੀਆਂ ਨੇ ਕੀਤਾ। ਐਡੀਆਂ ਦਿਲ ਨੂੰ ਨਹੀਂ ਲਾਈਦੀਆਂ। ਹੈਲੋ ਡਾਕਟਰ ਮੇਰੀ ਫਰੈਂਡ ਹੈ ਇੰਡੀਆ ਤੋਂ। ਇੱਕ ਲੰਗੇ ਲੰਗੇ ਜਾਂਦੇ ਡਾਕਟਰ ਨੂੰ ਗੀਤਾ ਨੇ ਆਖਿਆ। ਗੁੱਡ ਗੁੱਡ ਆਖਦਾ ਡਾਕਟਰ ਮੁਸਕਰਾਉਂਦਾ ਸਾਡੇ ਕੋਲੋਂ ਦੀ ਲੰਘਿਆ। ਇਹ ਡਾਕਟਰ ਆਖਦਾ ਸੀ ਯੂ ਆਰ ਅ ਸਵੀਟ ਗਰਲ ਹੈਲੋ ਇੱਕ ਅਧਖੜ ਜੇ ਅੰਗਰੇਜ਼ ਨੇ ਆਪਣੀ ਪੈਂਟ ਨਾਲ ਹੱਥ ਪੂੰਝਦੇ ਆਂ ਕੋਲ ਆ ਕੇ ਕਿਹਾ ਹੈਲੋ ਜੋਨ ਇਹ ਜੋਨ ਹੈ ਟਾਈਲਾਂ ਬਣਾਉਂਦਾ ਹੁੰਦਾ ਮੈਨੂੰ ਇੱਕ ਟਾਈਲਾਂ ਦਾ ਘਰ ਬਣਾ ਕੇ ਦੇਊਗਾ ਮਾਰਗਰੇਟ ਕਾਰ ਦੇ ਹਾਦਸੇ 'ਚ ਮਰ ਗਈ ਹੈ ਤੈਨੂੰ ਪਤਾ ਹੈ ਜੋਨ ਮੈਨੂੰ ਆਖਦਾ ਸੀ ਤੂੰ ਮਾਰਗਰੇਟ ਜਿੰਨੀ ਸੋਹਣੀ ਹੈ ਲਵਲੀ ਗਰਲ ਜੋਨ ਨੇ ਕਿਹਾ ਤੇ ਸਾਡੇ ਵੱਲ ਝਾਕਦਾ ਗਾਂ ਨੂੰ ਤੁਰ ਗਿਆ ਸ਼ਾਇਦ ਉਹਨੇ ਡਾਕਟਰ ਨੂੰ ਆਉਂਦਿਆਂ ਵੇਖ ਲਿਆ ਸੀ ਵਿਸਕੀ ਦੇ ਦੋ ਗਲਾਸ ਡਾਕਟਰ ਆਪ ਲਈ ਆ ਰਿਹਾ ਸੀ ਗੀਤਾ ਨੇ ਇੱਕ ਗਲਾਸ ਖੁਸ਼ ਹੋ ਕੇ ਫੜ ਲਿਆ ਤੇ ਕਿਹਾ ਥੈਂਕਸ ਡਾਕਟਰ ਦੂਜਾ ਗਲਾਸ ਉਹਨੇ ਮੇਰੇ ਵੱਲ ਕੀਤਾ 노 ਥੈਂਕਸ ਮੈਂ ਕਿਹਾ ਤੇ ਨਾਂਚ ਸਿਰ ਹਿਲਾਇਆ ਪਲੀਜ਼ ਡਾਕਟਰ ਆਖਦੀ ਗੀਤਾ ਨੇ ਦੂਜਾ ਗਲਾਸ ਵੀ ਫੜ ਲਿਆ ਡਾਕਟਰ ਮੁਸਕਰਾਉਂਦਾ ਮੁੜ ਗਿਆ ਮੈਂ ਹੈਰਾਨ ਹੋ ਰਹੀ ਸੀ ਲੈ ਆਪਣਾ ਗਲਾਸ ਉਹਨੇ ਆਪਣਾ ਇੱਕੋ ਸਾਂ ਖਾਲੀ ਕਰਕੇ ਦੂਜਾ ਮੇਰੀ ਵੱਲ ਵਧਾਉਂਦੇ ਨੇ ਕਿਹਾ ਨਹੀਂ ਮੈਂ ਨਹੀਂ ਕਦੀ ਪੀਤੀ ਮੈਂ ਕਿਹਾ ਤਾਂ ਕੀ ਐ ਪੀਣ ਨਾਲ ਕੀ ਹੁੰਦਾ ਕਾਸੇ ਨਾਲ ਵੀ ਕੁਝ ਨਹੀਂ ਹੁੰਦਾ ਤੇ ਗੱਲ ਸੁਣ ਜੇ ਮੈਂ ਇੱਥੇ ਮਰ ਗਈ ਤਾਂ ਵਿਮਲ ਨੂੰ ਆਖੀ ਪਰ ਨਹੀਂ ਉਹਨੂੰ ਤੂੰ ਕੁਝ ਨਾ ਆਖੀ ਆਖ ਦੀ ਪਰੇਸ਼ਾਨ ਜੀ ਹੋ ਕੇ ਉਹ ਵਿਸਕੀ ਦਾ ਦੂਜਾ ਗਲਾਸ ਵੀ ਪੀ ਗਈ ਗੀਤਾ ਤੂੰ ਐਡੀ ਪਰੇਸ਼ਾਨ ਕਾਦੇ ਲਈ ਹੁੰਨੀ ਐ ਸਾਰੇ ਆਦਮੀ ਕਦੇ ਨਾ ਕਦੇ ਭਟਕ ਗਏ ਹੁੰਦੇ ਨੇ ਉਹਨਾਂ ਲਈ ਇਹ ਗੱਲਾਂ ਖਾਸ ਮੈਨੇ ਨਹੀਂ ਰੱਖਦੀਆਂ ਹੋ ਸਕਦਾ ਪਿਆਰ ਉਹ ਸਿਰਫ ਤੈਨੂੰ ਹੀ ਕਰਦਾ ਹੋਵੇ ਨਾਲੇ ਜਿਸ ਬੰਦੇ ਨੂੰ ਤੂੰ ਪਿਆਰ ਕੀਤਾ ਹੈ ਜਿਸ ਨਾਲ ਵਿਆਹ ਕੀਤਾ ਹੈ ਉਹਦੀ ਇੰਨੀ ਕੋ ਗੱਲ ਵੀ ਮaaf ਨਹੀਂ ਕਰ ਸਕਦੀ ਚਾਹਿਆ ਤਸੀ ਕਿ ਸਭ ਕੁਝ ਭੁੱਲ ਜਾਵਾਂ ਪਰ نیند ਨਹੀਂ ਸੀ ਆਉਂਦੀ ਮੈਂ ਮੈਂ ਹਾਰ ਗਈਆਂ ਮੈਂ ਹਾਰ ਗਈਆਂ ਮੇਰਾ ਹੁਣ ਕਿਧਰੇ ਦਿਲ ਨਹੀਂ ਲੱਗਦਾ نیند ਵੀ ਨਹੀਂ ਆਉਂਦੀ ਮਾਂ ਉਡੀਕਦੀ ਹੋएगी ਤੈਨੂੰ ਮੈਂ ਗੱਲ ਹੋਰ ਪਾਸੇ ਪਾਉਣ ਲਈ ਕਿਹਾ ਮਾਂ ਮਾਂ ਤਾਂ ਬੇਵਕੂਫ ਹੋਰਤ ਪਲਾਂ ਪਾਪਾ ਕਦੇ ਵਾਪਸ ਜਾਊਗਾ ਨਾਲੇ ਕਿਉਂ ਜਾਊਗਾ ਟਾਈਲਾਂ ਕਬਰਾਂ ਕਬਰਾਂ ਤੇ ਵੀ ਤਾਂ ਲਾਉਂਦੇ ਹੋਣਗੇ ਤੂੰ ਇੱਥੋਂ ਦੀਆਂ ਕਬਰਾਂ ਦੇਖੀਆਂ ਨੇ ਇੱਥੇ ਲੋਕ ਬੁੜੀਆਂ ਹੀ ਸੋਣੀਆਂ ਕਬਰਾਂ ਬਣਾਉਂਦੇ ਨੇ ਤੂੰ ਤਾਂ ਝੱਲੀ ਹੋ ਗਏਂ ਮੈਂ ਭੋਲੇ ਭਾ ਕੇ ਆਖਿਆ ਝੱਲੀ ਹਾਂ ਨਹੀਂ ਝੱਲੀ ਆਖਦੀ ਗੀਤਾ ਨੇ ਵਿਸਕੀ ਵਾਲਾ ਗਲਾਸ ਧਰਤੀ ਉੱਤੇ ਪਟਕਾ ਮਾਰਿਆ ਕੋਲ ਪਿਆ ਦੂਜਾ ਵੀ ਚੁੱਕ ਕੇ ਪਾਣ ਦਿੱਤਾ ਖੜਕਾ ਸੁਣ ਕੇ ਡਾਕਟਰ ਆ ਗਿਆ ਮੁਸਕਰਾ ਕੇ ਅੰਗਰੇਜ਼ੀ ਚ ਆਖਣ ਲੱਗਾ ਤੂੰ ਬਹੁਤ ਅੱਛੀ ਲੜਕੀ ਹੈਂ ਬਹੁਤ ਪਿਆਰੀ ਵੀ ਚੰਗਾ ਕੀਤਾ ਤੋੜ ਦਿੱਤੇ ਗਲਾਸ ਸੋਹਣੇ ਨਹੀਂ ਸੀ ਹੋਰ ਵਧੀਆ ਲਿਆਵਾਂਗੇ ਗੀਤਾ ਇੱਕਦਮ ਜਿਵੇਂ ਪੰਗਰ ਗਈ ਉੱਠ ਕੇ ਕੱਚ ਦੀਆਂ ਖੇਚਰਾਂ ਚੁੱਕਣ ਲੱਗ ਪਈ ਨਹੀਂ ਰਹਿਣ ਦੇ ਤੇਰੇ ਹੱਥ ਵੱਜ ਜਾਣਗੇ ਸਿਸਟਰ ਆਪੇ ਝੁਗਲੇਗੀ ਉਹਨੇ ਗੀਤਾ ਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਆਓ ਅੰਦਰ ਬੈਠੀਏ ਉਹ ਬੋਲਿਆ ਉਹਦੇ ਕਮਰੇ ਚ ਜਾ ਕੇ ਗੀਤਾ ਸੋਫੇ ਉੱਤੇ țeੱਡੀ ਹੋ ਗਈ ਡਾਕਟਰ ਨੇ ਇੱਕ ਗੋਲੀ ਤੇ ਪਾਣੀ ਦਾ ਗਲਾਸ ਹੱਥ 'ਚ ਫੜ ਕੇ ਉਹਨੂੰ ਹਲੂਣਿਆ ਤੇ ਕਿਹਾ ਮੇਰੇ ਤੋਂ ਗੋਲੀ ਲੈਂਗੀ ਗੀਤਾ ਨੇ ਡੋਰਪਾ ਰੱਖਾ ਨਾਲ ਉਸ ਵੱਲ ਤੱਕਿਆ ਲੈ ਗੋਲੀ ਖਾ ਲੈ ਡਾਕਟਰ ਨੇ ਜਦੋਂ ਕਿਹਾ ਉਹਨੇ ਚੁੱਪਚਾਪ ਗੋਲੀ ਖਾ ਲਈ ਮੁਰ ਸੋਫੇ ਤੇ ਟੇਢੀ ਹੋ ਗਈ ਕੁਝ ਮਿੰਟਾਂ ਮਗਰੋਂ ਉੱਥੇ ਹੀ ਸੌਂ ਗਈ ਇਸ ਤੋਂ ਪਿੱਛੋਂ ਡਾਕਟਰ ਉਸ ਵਾਰੀ ਕਿੰਨਾ ਹੀ ਚਿਰ ਮੇਰੇ ਕੋਲੋਂ ਪੁੱਛਦਾ ਰਿਹਾ ਤੇ ਨੋਟ ਕਰਦਾ ਰਿਹਾ ਅਸਲ 'ਚ ਇਹਨੂੰ ਸ਼ੌਕ ਲੱਗਿਆ ਡਾਕਟਰ ਨੇ ਦੱਸਿਆ ਮੁਸੀਬਤ ਇਹ ਹੈ ਕਿ ਆਪਣੇ ਪਤੀ ਨੂੰ ਬਹੁਤ ਚਾਹੁੰਦੀ ਹੈ ਤੇ ਜੋ ਕੁਝ ਹੋਇਆ ਉਹਨੂੰ ਭੁੱਲ ਜਾਣਾ ਚਾਹੁੰਦੀ ਹੈ ਤੇ ਇਸ ਪ੍ਰੋਸੈਸ ਵਿੱਚ ਆਪਣੇ ਆਪ ਨੂੰ ਭੁੱਲਦੀ ਜਾ ਰਹੀ ਹੈ ਡਾਕਟਰ ਨੇ ਕੁਝ ਪਲ ਚੁੱਪ ਰਹਿ ਕੇ ਕਿਹਾ ਤੇ ਫਿਰ ਕੁਝ ਸੋਚ ਕੇ ਆਖਣ ਲੱਗਾ ਪਰ ਇਹ ਏਡੀ ਸ਼ੌਕ ਲੱਗਣ ਵਾਲੀ ਕਿਹੜੀ ਗੱਲ ਸੀ ਤੁਸੀਂ ਹਿੰਦੁਸਤਾਨੀ ਔਰਤਾਂ ਬੰਦੇ ਨੂੰ ਬੰਦਾ ਕਿਉਂ ਨਹੀਂ ਸਮਝਦੀਆਂ ਅੰਗ ਦੱਸੋ 15 ਨੂੰ ਦੇਣਾ ਮਗਰੋਂ 24 ਤਰੀਕ ਨੂੰ ਮੈਂ ਵਾਪਸ ਇੰਡੀਆ ਲਈ ਜਹਾਜ਼ ਫੜਨਾ ਸੀ। ਗੀਤਾ 15 ਦਿਨ ਹਸਪਤਾਲ ਰਹਿ ਕੇ ਵਾਪਸ ਘਰ ਆ ਗਈ ਸੀ। ਹੁਣ ਉਹ ਕਾਫੀ ਠੀਕ ਸੀ। ਦੋ ਦਿਨ ਪਹਿਲਾਂ ਮੈਂ ਫੋਨ ਕੀਤਾ। ਗੀਤਾ ਹਾਂ ਉਹ ਬੋਲੀ। ਪਰਸੋਂ ਮੈਂ ਵਾਪਸ ਜਾਣਾ। ਰਾਤ ਨੂੰ 2 ਵਜੇ ਜਹਾਜ਼ ਫੜਨਾ ਹੈ। ਪਰਸੋਂ ਸਵੇਰੇ ਇੱਥੋਂ ਚੱਲਾਂਗੀ ਤੈਨੂੰ ਮਿਲਣਾ ਆਵਾਂਗੀ। ਬਿਮਲ ਲਈ ਕੁਝ ਸੁਨੇਹਾ ਦੇਣਾ ਜਾਂ ਕੋਈ ਚੀਜ਼ ਭੇਜਣੀ ਹੈ? ਬਿਮਲ ਬਿਜਲੀ ਦੇ ਸ਼ੌਕ ਲੱਗੇ ਸਨ। ਮੈਨੂੰ ਮਹਿਸੂਸ ਹੋਣਾ ਹੀ हट ਗਿਆ ਹੁਣ ਕੁਝ ਵੀ ਮਹਿਸੂਸ ਨਹੀਂ ਹੁੰਦਾ ਕੁਝ ਵੀ ਜਿਵੇਂ ਯਾਦ ਨਹੀਂ ਕੁਝ ਸੋਚਣ ਦੀ ਕੋਸ਼ਿਸ਼ ਕਰਦੀਆਂ ਤਾਂ ਸੋਚ ਹੀ ਨਹੀਂ ਹੁੰਦਾ ਗੱਲ ਹੋਰ ਦੀ ਹੋਰ ਪਾਸੇ ਨੂੰ ਤੁਰ ਜਾਂਦੀ ਹੈ ਕੋਈ ਸਿਰ ਪੈਰ ਹੀ ਨਹੀਂ ਲੱਗਦਾ ਪਤਾ ਨਹੀਂ ਕੀ ਉੱਠ ਪਟਾੰਗ ਦਿਮਾਗ 'ਚੋਂ ਲੰਘਦਾ ਰਹਿੰਦਾ ਹੈ ਸਮਝ ਹੀ ਨਹੀਂ ਲੱਗਦੀ ਮੇਰਾ ਦਿਮਾਗ ਜਿਵੇਂ ਸੁੰਨ ਜਿਹਾ ਹੋ ਗਿਆ ਮੈਂ ਚਾਰੇ ਪਾਸੇ ਅੱਖਾਂ ਉਹ ਘੇੜ ਉਹ ਘੇੜ ਕੇ ਦੇਖਦੀਆਂ ਕੁਝ ਪਤਾ ਜਿਹਾ ਹੀ ਨਹੀਂ ਲੱਗਦਾ ਜਿਵੇਂ ਚਾਰੋਂ ਪਾਸੇ ਧੁੰਦੀ ਧੁੰਦ ਹੋਵੇ ਤੂੰ ਠੀਕ ਹੋ ਜਾਂ ਇੰਡੀਆ ਮਾਂ ਉਹ ਦੇਖਦੀ ਹੋਏਗੀ ਮਾਂ ਮਾਂ ਦੀ ਹੁਣ ਤਾਂ ਯਾਦ ਨਹੀਂ ਆਉਂਦੀ ਤੈਨੂੰ ਇੱਕ ਗੱਲ ਹੋਰ ਦੱਸਾਂ ਮੈਨੂੰ ਇਹੀ ਭੁੱਲ ਗਿਆ ਕਿ ਬਿਮਲ ਦੀ ਸ਼ਕਲ ਕਿਹੋ ਜੀ ਹੈ ਕੱਲ ਮੈਂ ਯਾਦ ਕਰਦੀ ਰਹੀ ਯਾਦ ਹੀ ਨਹੀਂ ਆਈ ਅੱਛਾ ਪਰਸੋਂ ਆਵਾਂਗੇ ਸ਼ਾਮ ਨੂੰ ਮੈਂ ਗੱਲ ਮੁਕਾਈ ਤੇ ਤੀਜੇ ਦਿਨ ਦੁਪਹਿਰੇ ਅਸੀਂ ਲੰਡਨ ਨੂੰ ਤੁਰ ਪਏ ਸ਼ਰਨੂਣਾ ਨੂੰ ਫੋਨ ਕਰ ਦੇਈ ਭੈਣ ਜੀ ਪਰ ਚੰਦ ਨੇ ਪੁੱਛਿਆ ਰੈਂਡੀ ਮੈਗਿਆ ਸੋਚੇ ਆਪੇ ਜਾਣ ਮਗਰੋਂ ਪਤਾ ਲੱਗ ਜਾਉ। ਅਥਨੇ ਅਸੀਂ ਗੀਤਾ ਦੇ ਘਰ ਪਹੁੰਚੇ ਉਹ ਘਰ ਨਹੀਂ ਸੀ। ਪਾਪਾ ਨੇ ਦੱਸਿਆ ਤੇਰੇ ਆਉਣ ਦਾ ਉਹਨੂੰ ਪਤਾ ਤਾਂ ਸੀ। ਪਤਾ ਨਹੀਂ ਕਿੱਥੇ ਚਲੀ ਗਈ ਹੈ। ਅੱਗੇ ਨਾਲੋਂ ਤਾਂ ਬਹੁਤ ਠੀਕ ਹੈ। ਕੱਲ ਦੀ ਕੁਛ ਉਦਾਸ ਠੀਕ ਸੀ। ਸਾਰਾ ਦਿਨ ਬਿਸਤਰੇ 'ਚ ਹੀ ਪਈ ਰਹੀ। ਕੁਝ ਖਾਦਾ ਪੀਤਾ ਵੀ ਨਹੀਂ। ਤੇ ਰਾਤ ਦੇ 10-11 ਵਜੇ ਤੱਕ ਅਸੀਂ ਉਹਨੂੰ ਉਡੀਕਦੇ ਰਹੇ। 12 ਵਜੇ ਤੇ 에어ਪੋਰਟ ਤੇ ਪਹੁੰਚਣਾ ਸੀ। ਕੱਲ ਪਤਾ ਨਹੀਂ ਕੀ ਜੀ ਚਾਈ ਮੇਰੀ ਤਸਵੀਰ ਪੁੰਝੇ ਪਟਕਾ ਮਾਰੀ ਪਾਪਾ ਨੇ ਫੱਟੀ ਫੋਟੋ ਵੱਲ ਹੱਥ ਕਰਕੇ ਦੱਸਿਆ ਮੈਂ ਕੀ ਆਖ ਭਾਰੀ ਤੇ ਭਰੇ ਮਨ ਨਾਲ ਉਥੋਂ ਤੁਰ ਪਈ ਸ਼ਾਇਦ ਮੇਰਾ ਮੂੰਹ ਹੋਰ ਹੋਰ ਤਰ੍ਹਾਂ ਦਾ ਹੋ ਗਿਆ ਸੀ ਜਿਸ ਕਰਕੇ ਇਹਨਾਂ ਮੁਲਕਾਂ ਦੇ ਲੋਕਾਂ ਵਾਂਗ ਹੀ ਸੋਚਦੇ ਹਰਚੰਦ ਨੇ ਕਿਹਾ ਤੁਸੀਂ ਐਡੇ ਪਰੇਸ਼ਾਨ ਕਿਉਂ ਹੋ ਰਹੇ ਹੋ ਭੈਣ ਜੀ ਇਹਨਾਂ ਦਾ ਗੀਤਾ ਬਾਰੇ ਸੋਚਦੇ ਆਂ ਇਹ ਹਾਲ ਹੋ ਗਿਆ ਜੇ ਤਬ ਪ੍ਰੋਫੈਸਰ ਸਾਹਿਬ ਨਾਲ ਸੱਚ ਜੀਜਾ ਜੀ ਇੰਉਂ ਕਰਨ ਤਾਂ ਖਬਰੇ ਕੀ ਹਾਲ ਹੋਵੇ ਨੀਰਜਾ ਨੇ ਹੱਸ ਕੇ ਕਿਹਾ ਉਸ ਭਲੇਮਾਨ ਸਾ ਦਾ ਦਿਮਾਗ ਫਿਰਿਆ ਵੀ ਇਉਂ ਕਰੂ ਹਰਚੰਦ ਜਿਵੇਂ ਨੀਰਜਾ ਦੀ ਗੱਲ ਤੇ ਤਲਖ ਹੋ ਕੇ ਬੋਲਿਆ ਬੰਦੇ ਦੇ ਦਿਮਾਗ ਫਿਰਦੇ ਨੂੰ ਕਿਹੜਾ ਚਿਰ ਲੱਗਦਾ ਹੈ ਨੀਰਜਾ ਨੇ ਜਵਾਬ ਦਿੱਤਾ ਇਹਨਾਂ ਨਾਲੋਂ ਕਿਸੇ ਵਧੀਆ ਚੀਜ਼ ਲਈ ਹੀ ਦਿਮਾਗ ਫਿਰ ਸਕਦਾ ਨਾ ਜਦੋਂ ਦਿਮਾਗ ਫਿਰਦਾ ਹੈ ਵਧੀਆ ਘਟਿਆ ਦੀ ਤਮੀਜ਼ ਕਿੱਥੇ ਰਹਿ ਜਾਂਦੀ ਹੈ ਨਾਲੇ ਤੂੰ ਸੋਚਦਾ ਹੈ ਬਿੱਲੇ ਕਿ ਤੇਰੀ ਭੈਣ ਨਾਲੋਂ ਦੁਨੀਆ 'ਚ ਵਧੀਆ ਹੋਰ ਚੀਜ਼ ਹੀ ਨਹੀਂ ਕੋਈ ਨੀਰਜਾ ਨੇ ਉਹਨੂੰ ਖਿਝਾਣ ਵਾਂਗ ਕਿਹਾ ਨਹੀਂ ਸਾਡੇ ਪ੍ਰੋਫੈਸਰ ਸਾਹਿਬ ਦਾ ਤਾਂ ਕਿਸੇ ਵਧੀਆ ਚੀਜ਼ ਲਈ ਵੀ ਦਿਮਾਗ ਨਹੀਂ ਫਿਰਨ ਲੱਗਿਆ ਤੁਸੀਂ ਕਿਉਂ ਝਗੜਦੇ ਹੋ ਮੈਂ ਕਿਹਾ ਇੰਨਾ ਯਕੀਨ ਹੈ ਤੁਹਾਨੂੰ ਉਹਨਾਂ ਉੱਤੇ ਨੀਰਜ ਨੇ ਗੰਭੀਰ ਹੋ ਕੇ ਪੁੱਛਿਆ ਹਾਂ ਪਤਾ ਯਕੀਨ ਨਹੀਂ ਕਰੀਦਾ ਕਿਸੇ ਤੇ ਕਿਉਂਕਿ ਜਦੋਂ ਯਕੀਨ ਟੁੱਟਦਾ ਹੈ ਉਨਾ ਹੀ ਬਹੁਤਾ ਦੁੱਖ ਹੁੰਦਾ ਹੈ ਫਿਰ ਉਹ ਬੋਲੀ ਮੈਨੂੰ ਜੇ ਕੋਈ ਡਰ ਨਹੀਂ ਮੈਂ ਕਿਹਾ ਇਹ ਠੀਕ ਹੈ ਨੀਰਜ ਆਖਰ ਚੰਦ ਹੱਸ ਪਿਆ 에ਰਪੋਰਟ ਪਹੁੰਚ ਗਏ ਸਾਨੂੰ ਗੇਟ ਕੋਲ ਲਹਾ ਹਰਚੰਦ ਕਾਰ پارک ਕਰਨ ਚਲਾ ਗਿਆ ਥਮਲੇ ਕੋਲ ਗੋਡਿਆਂ 'ਚ ਸਿਰ ਦੇਈ ਬੈਠੀ ਗੀਤਾ ਨੇ ਉਤਾਂਤ ਦੇਖਿਆ ਟੱਕ ਲਾ ਕੇ ਦੇਖਦੀ ਰਹੀ ਗੀਤਾ ਮੈਂ ਕੋਲ ਜਾ ਕੇ ਝੁੱਕ ਕੇ ਉਹਦੇ ਹੱਥ ਫੜ ਕੇ ਕਿਹਾ ਉੱਠ ਕੇ ਉਹ ਡਿੱ ਡਰੇ ਵਾਂਗ ਮੈਨੂੰ ਚਿੰਬੜ ਗਈ ਠੰਡ ਕਾਫੀ ਸੀ ਪਰ ਗੀਤਾ ਨੂੰ ਸ਼ਾਇਦ ਖਿਆਲ ਨਹੀਂ ਸੀ ਉਹਨੂੰ ਤਾਂ ਸ਼ਾਇਦ ਹੁਣ ਕਾਸੇ ਦਾ ਵੀ ਖਿਆਲ ਨਹੀਂ ਸੀ ਟਰੌਉਜ਼ਰ ਉੱਪਰ ਜਿਹੜਾ ਕਮੀਜ਼ ਉਹਨੇ ਪਾਇਆ ਹੋਇਆ ਸੀ ਉਹ ਵੀ ਮੋਢੇ ਤੋਂ ਫਟਿਆ ਹੋਇਆ ਸੀ ਸ਼ਾਇਦ ਕਿਦਰੋਂ ਖੁੰਗੀ ਲੱਗ ਗਈ ਸੀ ਤੂੰ ਵਾਪਸ ਇੰਡੀਆ ਜਾ ਰਹੀ ਹੈ ਉਹਨੇ ਮੇਰਾ ਹੱਥ ਫੜ ਕੇ ਪੁੱਛਿਆ ਹਾਂ 2 ਵਜੇ ਫਲਾਈਟ ਹੈ ਮੈਂ ਦੱਸਿਆ ਮੈਂ ਵੀ ਜਾਣਾ ਸੀ ਉਹਨੇ ਜਿਵੇਂ ਰੋਣ ਹਾਕੀ ਆਵਾਜ਼ ਚ ਕਿਹਾ ਗੀਤਾ ਘਰ papa ਪਰੇਸ਼ਾਨ ਹੋ ਰਹੇ ਸੀ ਤੂੰ ਦੱਸ ਕੇ ਤਾਂ ਆਉਣਾ ਸੀ ਮੈਂ ਸੋਚਿਆ ਤੂੰ ਮੈਨੂੰ ਬਿਨਾਂ ਮਿਲੇ ਚਲੀ ਜਾਏ ਜਹਾਜ਼ ਕਿਤੇ ਪਹਿਲਾਂ ਹੀ ਨਾ ਚਲਿਆ ਜਾਵੇ ਤੂੰ ਵਿਮਲ ਨੂੰ ਆਖੀ ਮੇਰੀ ਬਾਹ ਚ ਬੜਾ ਦਰਦ ਹੋ ਰਿਹਾ ਹੈ ਮੈਂ ਜਾਣ ਦੇ ਚਪੇੜ ਮਾਰੀ ਅੱਜ ਸਾਲੇ ਮੈਂ ਕੋਈ ਐਸੀ ਵੈਸੀ ਕੁੜੀ ਮੇਰਾ ਹਸਬੰਦ ਦੇਖਿਆ ਤੈਨੂੰ ਕੱਚੇ ਨੂੰ ਖਾ ਜਾਵੇ ਮੈਂ ਦੱਸੂ ਉਹਨੂੰ ਮਾਰਗਰੇਟ ਮੈਨੂੰ ਪਿਕੈਡਲੀ ਸਰਕਸ ਲੈ ਗਈ ਮੈਂ ਤਾਂ ਸ਼ਰਮ ਨਾਲ ਮਰੀ ਗਈ ਉਹਨੂੰ ਖਬਰੀ ਡਾਕਟਰ ਨੇ ਆਖਿਆ ਸੀ ਕੁੱਤਾ ਸੁਆ ਦੇਖੇ हे ਪਰਮਾਤਮਾ ਇਹ ਕਿਹੋ ਜੇ ਮਾੜੇ ਲੋਕ ਨੇ ਬਿਮਲ ਨੂੰ ਆਖੀ ਮੈਨੂੰ ਇੱਥੇ ਲੈ ਜਾਏ ਮੇਰਾ ਜੀ ਨਹੀਂ ਲੱਗਦਾ ਇੱਥੇ ਤੈਨੂੰ ਪਤਾ ਹੈ ਬਿਮਲ ਮੈਨੂੰ ਬਹੁਤ ਪਿਆਰ ਕਰਦਾ ਹੈ ਸਾਡੀ ਸ਼ਾਦੀ ਹੋਈ ਸੀ ਨਾ i am his wife ਮੇਰਾ ਸਾਰਾ ਜਿਸਮ ਟੁੱਟ ਰਿਹਾ ਹਾਂ ਮੈਂ ਕੀ ਗੱਲ ਗੱਲ ਮੈਂ ਕੀ ਗੱਲ ਕਰ ਰਹੀ ਸੀ ਭੈਣ ਜੀ ਜ਼ਰਾ ਕਸਟਮ ਵਾਲਿਆਂ ਵੱਲ ਹੋ ਆਓ ਫਾਰਮ ਜੇ ਆ ਪਰ ਨਾ ਹਰਜੰਦ ਨਹੀਂ ਗਿਆ ਅੱਛਾ ਆ ਕੇ ਮੈਂ ਗੀਤਾ ਵੱਲ ਚਾਕੀ ਰੁੱਖੇ ਖੁੱਲੇ ਉਲਝੇ ਵਾਲ ਮੋਢੇ ਤੋਂ ਪਾਟਿਆ ਕਮੀਜ਼ ਉਦਾਸ ਬੌਂਦਲੀਆਂ ਅੱਖਾਂ ਮਾੜੀ ਜੀ ਹੋਈ ਹੋਈ ਤੇ ਮੈਨੂੰ ਯਾਦ ਆਈ 3 ਸਾਲ ਪਹਿਲਾਂ ਵਾਲੀ ਗੀਤਾ ਜਿਹੜੀ ਬੰਦੇ ਨੂੰ ਬੰਦਾ ਕਿਹੜਾ ਸਮਝਦੀ ਸੀ ਤੇ ਟਿਚਕਰ ਬਿਨਾ ਗੱਲ ਨਹੀਂ ਸੀ ਕਰਦੀ ਹੁੰਦੀ ਗੀਤਾ ਤੂੰ ਬਿਮਲ ਨੂੰ ਸਜ਼ਾ ਦਿੰਦੀ ਨਹੀਂ ਆਪਣੇ ਆਪ ਨੂੰ ਵੀ ਕਿਹੋ ਜੀ ਸਜ਼ਾ ਦੇ ਲਈ ਮੈਂ ਸੋਚਿਆ ਤੇ ਮੈਨੂੰ ਗੀਤਾ ਦੇ ਬੋਲ ਯਾਦ ਆਏ ਖਬਰੇ ਕਦੇ ਮਾਂ ਨੇ ਪਾਪਾ ਨੂੰ ਬਦ ਅਸੀਸ ਦਿੱਤੀ ਹੋਵੇ ਕਿ ਤੇਰੇ ਘਰ ਵੀ ਧੀ ਹੋਵੇ ਤੇ ਨਿਰਜ ਇਤਰ ਪਾਈਏ ਗੀਤਾ ਨੇ ਹਰ ਚੰਦ ਵਾਲ ਹੱਥ ਕਰਕੇ ਪੁੱਛਿਆ ਨਹੀਂ ਇਹ ਮੇਰਾ ਸਭ ਕੁਝ ਹੈ ਨਿਰਜ ਨੇ ਹੱਸ ਕੇ ਕਿਹਾ ਤੂੰ ਹੱਸ ਰਹੀ ਹੈ ਦੇਖ ਇਹ ਹੱਸ ਵੀ ਸਕਦੀ ਹੈ ਦੇਖ ਡੋਰਪੌਰ ਨੀਰਜਵਲ ਝਾਕਦੀ ਮੈਨੂੰ ਆਖਣ ਲੱਗੀ ਅੱਛਾ ਮੈਂ ਹੁਣੇ ਆਈ ਤੈਨੂੰ ਗੀਤਾ ਨੀਰਜਾ ਹੋਰੀ ਘਰ ਛੱਡ ਜਾਣਗੇ ਆਖ ਮੈਂ ਪਾਸਪੋਰਟ ਚੈੱਕ ਕਰਵਾਉਣ ਅੰਦਰ ਗਈ 15-20 ਮਿੰਟਾਂ ਮਗਰੋਂ ਜਦ ਮੈਂ ਵਾਪਸ ਆਈ ਸਾਹਮਣੇ ਕੁਲਜੀਤ ਖੜਾ ਸੀ ਨਾਲ ਰਾਣੀ ਸੀ ਤੁਸੀਂ ਭੈਣ ਜੀ ਦੱਸਿਆ ਹੀ ਨਹੀਂ ਨਾ ਬਈ ਜਾ ਰਹੇ ਹਾਂ ਮੈਂ ਗਲਾਸਕੋ ਫੋਨ ਕੀਤਾ ਵੀ ਭੈਣ ਜੀ ਕਦੋਂ ਜਾ ਰਹੇ ਨਹੀਂ ਪਤਾ ਲੱਗਿਆ ਉਹ ਤਾਂ ਚੜਾਉਣ ਗਏ ਹੋਏ ਨੇ ਅੱਜ ਰਾਤੀ ਜਹਾਜ਼ ਫੜਨ ਮੈਂ ਸ਼ਰਨੂਰ ਨੂੰ ਵੀ ਫੋਨ ਕਰ ਦਿੱਤਾ ਸੀ ਬਿਨਾ ਮਿਲੇ ਹੀ ਤੁਰ ਚੱਲੇ ਸੀ ਤੇ ਮੈਂ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਨੇ ਜੀ ਇੱਥੇ ਆ ਜਾਓ ਪ੍ਰੋਫੈਸਰ ਸਾਹਿਬ ਨੂੰ ਆਖੋ ਚਲੋ ਮੰਨ ਲਿਆ ਅਗਲੇ ਸਾਲ ਮੈਂ ਆਪਣੀ ਧੀ ਵੀ ਇੱਥੇ ਹੀ ਲੈ ਆਉਣੀ ਐ ਬੇਸ਼ੱਕ ਆਖ ਦਿਓ ਉਹਨੂੰ ਜਾ ਕੇ ਪ੍ਰੋਫੈਸਰ ਸਾਹਿਬ ਨੂੰ ਮੇਰਾ ਸਲਾਮ ਆਖਣਾ ਉਹ ਕਹਿੰਦਾ ਗਿਆ ਅੱਛਾ ਅੱਛਾ ਮੈਂ ਹੱਸ ਕੇ ਕਿਹਾ ਲਓ ਆ ਗਈ ਉਹ ਵੀ ਕੁਲਜੀਤ ਬੋਲਿਆ ਸਾਹਮਣੇ ਸ਼ਰਨ ਤੇ ਜੀਤ ਤੁਰੇ ਆ ਰਹੇ ਸੀ ਅਸੀਂ ਨਹੀਂ ਬੋਲਦੇ ਤੁਹਾਡੇ ਨਾਲ ਜੀਤ ਕੋਲ ਆ ਕੇ ਬੋਲੀ ਤੂੰ ਆਖਦੀ ਸੀ ਨਾ ਕਿ ਸ਼ਰਨ ਜਦੋਂ ਐਉਂ ਕਿਸੇ ਨੂੰ ਜਹਾਜ਼ ਚੜਾਉਣ ਜਾਂਦਾ ਤਾਂ ਇਹਦਾ ਜੀ ਬੜਾ ਥੋੜਾ ਹੋ ਜਾਂਦਾ ਮੈਂ ਕਿਹਾ ਇਸੇ ਕਰਕੇ ਤਾਂ ਅਸੀਂ ਲੱਕੀ ਤੇ ਮਨਦੀਪ ਨੂੰਨੀ ਨਾਲ ਲਿਆਏ ਵੀ ਉਹਨਾਂ ਨੇ ਤਾਂ ਰੋਣ ਹੀ ਲੱਗ ਜਾਣਾ ਜੀਤ ਬੋਲੀ ਅਜੇ ਉਨ ਚਲੇ ਜਾਣਾ ਸੀ ਇਦੋਂ ਤਾਂ ਆਉਂਦੇ ਹੀ ਨਾ ਫਿਰ ਰਾਣੀ ਬੋਲੀ ਲੈ ਜਾਣਾ ਨਹੀਂ ਹੁਣ ਇਹਨਾਂ ਨੇ ਆਪਣੇ ਘਰ ਨੂੰ ਸ਼ਰਨੇ ਗੱਲਾਂ ਬਾਕੀਆਂ ਦੀ ਥਾਂ ਬਹੁਤੀ ਜਿਵੇਂ ਆਪਣੇ ਆਪ ਨੂੰ ਆਖ ਮੇਟਾਲਿਓ ਨਾ ਜੀ ਹੈਗਾ ਟਾਈਮ ਆਖ ਸ਼ਰਨ ਬਿਨਾ ਕਿਸੇ ਦਾ ਜਵਾਬ ਉਡੀਕਿਆ ਚਾਲ ਐਂ ਚਲਾ ਗਿਆ ਅਸਲ ਚ ਉਹ ਇਧਰ ਉਧਰ ਰੁਜਿਆ ਰਹਿਣਾ ਚਾਹੁੰਦਾ ਸੀ ਜਿਵੇਂ ਆਖਣਾ ਚਾਹੁੰਦਾ ਹੋਵੇ ਕਿ ਫੇਰ ਕੀ ਹੈ ਆਖਰ ਭੈਣ ਜੀ ਨੇ ਜਾਣਾ ਹੀ ਸੀ ਨਹੀਂ ਮੈਂ ਜੀ ਥੋੜਾ ਨਹੀਂ ਕਰ ਰਿਹਾ ਲੋਕ ਭੈਣਾ ਨੂੰ ਸੌਰੀ ਵੀ ਤਾਂ ਤੋੜਦੇ ਹੀ ਨੇ ਇੱਥੇ ਖੜੀ ਖੜੀ ਤੁਹਾਡੀ ਸਹੇਲੀ ਤਾਂ ਪਤਾ ਨਹੀਂ ਕਿੱਧਰ ਚਲੀ ਗਈ ਉਹ ਬਿੱਲਾ ਸਾਰੇ ਇਧਰ ਉਧਰ ਵੇਖ ਕੇ ਵੀ ਆਇਆ ਨੀਰਜ ਨੇ ਮੈਨੂੰ ਦੱਸਿਆ ਗੀਤਾ ਇਸ ਵੇਲੇ ਹਨੇਰੇ ਚ ਠੰਡ ਵਿੱਚ ਪਰਦੇਸ ਵਿੱਚ ਕੱਲੀ ਕਿੱਥੇ ਜਾਏਗੀ ਫਿਰ ਉਹਦੀ ਸੁਰਤ ਵੀ ਤਾਂ ਬਹੁਤੀ ਟਿਕਾਣੇ ਨਹੀਂ ਮੈਨੂੰ ਫਿਕਰ ਹੋ ਰਿਆ ਸੀ ਉਫ ਹੋ ਸਕਦਾ ਕੱਲ ਨੂੰ ਕਿਸੇ ਸੜਕ ਤੇ ਕਿਸੇ ਪੁਲ ਹੇਠ ਕਿਸੇ ਰੇਲਵੇ ਲਾਈਨ ਕਿਸੇ ਪਾਰਕ ਵਿੱਚ ਕਿਸੇ ਪੱਬ ਮੂਰੇ ਉਹਦੀ লাশ ਪਈ ਦੇਖ ਲੋਕਾਂ ਕੋ ਆਖਣ ਕੋਈ ਪਰਦੇਸਣ ਆ ਸੋਚਦਿਆਂ ਮੇਰਾ ਜੀ ਡੁੱਬਦਾ ਜਾ ਰਿਹਾ ਸੀ ਤੁਸੀਂ ਤਾਂ ਭਾਂਜੀ ਉੰਜੇ ਪਰੇਸ਼ਾਨ ਹੋ ਜਾਂਦੇ ਹੋ ਨੀਰ ਜਾਖਣ ਲੱਗੀ ਗੀਤਾ ਠੀਕ ਹੋ ਜਾਏਗੀ ਕੁਛ ਦਿਨ ਇੱਥੇ ਰਹਿ ਕੇ ਉਹਨੂੰ ਵੀ ਸਮਝ ਆ ਜਾਏਗੀ ਕਿ ਕੋਈ ਨਹੀਂ ਕਿਸੇ ਗੱਲ ਨਾਲ ਅਸਮਾਨ ਡਿੱਗ ਪੈਂਦਾ ਕੀ ਕਹੇ ਜੇ ਆਦਮੀ ਦਾ ਬਾਹਰ ੱਤਕੇ ਖਾਣ ਨੂੰ ਜੀ ਕਰਦਾ ਹੈ ਤੁਸੀਂ ਰੱਸਾ ਪਾ ਕੇ ਤਾਂ ਨਹੀਂ ਰੱਖ ਸਕਦੇ ਰੱਖਣਾ ਚਾਹੀਦਾ ਵੀ ਨਹੀਂ ਜਾਣਦੇ ਹੋ ਆਪੇ ਮੁੜਾਓ ਨਹੀਂ ਵੀ ਮੁੜੋ ਤਾਂ ਕੀ ਹੈ ਹੋਰ ਕੀ ਇਹ ਸਭ ਗੱਲਾਂ ਐਵੇਂ ਨਹੀਂ ਇੱਥੋਂ ਦੇ ਲੋਕ ਸਿਆਣੇ ਨੇ ਕੋਈ ਗੱਲ ਜੀ ਨੂੰ ਨਹੀਂ ਲਾਉਂਦੇ ਗੀਤਾ ਨੂੰ ਕੋਈ ਪੁੱਛੇ ਭਲਾ ਕੋਈ ਗੱਲ ਹੈ ਤੁਸੀਂ ਵੀ ਖਾਮ ਖਾ ਪਰੇਸ਼ਾਨ ਹੋਈ ਜਾ ਰਹੇ ਹੋ ਇਹ ਵੀ ਕੋਈ ਗੱਲਾਂ ਨਹੀਂ ਨੀਰਜਾਨੀ ਹਰ ਚੰਦਵਲ ਝਾਕ ਕੇ ਗਿਆ ਮੈਂ ਹੈਰਾਨ ਉਸ ਵੱਲ ਵੇਖਦੀ ਰਹੀ ਸ਼ਰਨ ਚਾਹ ਲਈ ਆ ਰਿਹਾ ਸੀ ਕਿ 에ਰੀਅਨ エア ਵਾਸ ਦੇ ਮੁਸਾਫਰਾਂ ਲਈ ਅਨਾਉਂਸਮੈਂਟ ਹੋਈ ਜਹਾਜ਼ ਦੇ ਤੁਰੰਤ ਦਾ ਵੇਲਾ ਹੋ ਗਿਆ ਸੀ ਅੱਧੇ ਘੰਟੇ ਮਗਰੋਂ ਜਹਾਜ਼ ਆਪਣੀ ਤਕਰੀਬਨ 5000 ਮੀਲ ਦੀ ਲੰਮੀ ਉਡਾਰੀ ਤੇ ਉੱਡ ਪਿਆ ਸੀ ਅਖੀਰਲਾ ਅੰਗ 11ਵਾਂ ਅਗਲੇ ਵਾਰੀ ਨੀਰਜਾ ਜਦੋਂ ਵੀਰੇ ਦੇ ਵਿਆਹ ਤੇ ਆਈ ਤਾਂ ਸਭ ਤੋਂ ਪਹਿਲੀ ਗੱਲ ਮੈਂ ਉਹਨੂੰ ਗੀਤਾ ਬਾਰੇ ਪੁੱਛੀ ਕੀ ਉਹਦਾ ਕੀ ਹਾਲ ਹੈ ਉਹ ਮੇਰੇ ਮੂੰਹ ਵਾਲ ਵੇਖ ਕੇ ਹੱਸ ਪਈ ਤੇ ਫਿਰ ਆਖਣ ਲੱਗੀ ਉਥੋਂ ਦੇ ਡਾਕਟਰ ਭੈਣ ਜੀ ਬੜੇ ਸਿਆਣੇ ਨੇ ਗੀਤਾ ਠੀਕ ਹੋ ਗਈ ਬਿਲਕੁਲ ਕਈ ਮਹੀਨੇ ਹੋ ਗਏ ਇੱਕ ਪੱਬ ਚ ਕੰਮ ਕਰ ਰਹੀ ਹੈ ਪੱਬ ਦਾ ਕੰਮ ਕੀ ਕੀ ਸਮਝੋ ਇੱਕ ਕਿਸਮ ਦੀ ਕਾਲ ਗਰਲ ਬਣ ਗਈ ਹੈ ਸ਼ਰਾਬ ਪੀਂਦੀ ਹੈ ਡਾਂਸ ਕਰਦੀ ਹੈ ਸਮਝੋ ਐਸ਼ ਕਰਦੀ ਵਾਲ ਕਟਾ ਲੇ ਸਿਗਰਟਾਂ ਹਰ ਵੇਲੇ ਸਿਗਰਟ ਹਰ ਵੇਲੇ ਹੱਥ ਚ ਹੁੰਦੀ ਹੈ ਹੁਣ ਤਾਂ ਪੂਰੀ ਮੇਮ ਬਣ ਗਈ ਹੈ ਨੀਰjani ਸਹਿਜ ਭਾਣal ਦੱਸਿਆ ਮੈਨੂੰ ਜਿਵੇਂ ਇੱਕ ੱੱਕਾ ਜਾਂ ਲੱਗਿਆ ਜਿਵੇਂ ਕਿਦਰੇ ਪੁਚਾਲ ਆਇਆ ਹੋਵੇ ਮਨ ਕੀਤਾ ਗੀਤਾਂ ਨੂੰ ਆਵਾਜ਼ ਮਾਰਾਂ ਪਰ ਮੇਰੀ ਆਵਾਜ਼ ਉਸ ਤੱਕ ਨਹੀਂ ਸੀ ਪਹੁੰਚਣੀ ਉਹ ਤੋਂ ਬਹੁਤ ਦੂਰ ਲੰਘ ਗਈ ਸੀ ਧੰਨਵਾਦ ਤੇ ਸਮਾਪਤ